थिया खड़े बशीरा पता नहीं कैन बार गया पढ़ने नहीं आता पिया। सलाम अलैकुम। वालेकुम सलाम बशीरा जी, खैर लाइट क्या होते हैं काम माना होता जी करमा सड़े तो तमीज का नहीं तो आज बराबर बाहर गए उठी करमा सड़े तल तल बैठ क्या तू आकड़ा छाकड़ा बड़ा बनी रे तू तमीज ना बाए उस्ताद जी मैं को बा मंडे दे वन्या मैं ए घर सम की दा कर ए ता दे मां दे आकड़ा बनल पड़े सम दे गाना और आकड़े ना पर चलो चलो बाक बा चुप कर चुप कर। अच्छा ये देख हां पुत्र अपने घर पे की चीज बताओ सी ए उस्ताद जी हो दादा ए दे क्या बताऊं ए दे यार आज यार उस्ताद जी तेरी खीर दा ना छुड़ाई खीर होवे तो यो खीर ना केना आता दा कर आग छोड़ाई तो घेन लो मैं बता चलो यार वाने और भला तू वाल मेरा शगेर तो नहीं हां भाई हां जी वाल ना छुपी रहने वाल खीर मंगवा गिंदे ई जरे एक लयट बनो जोर थकावन पांदे आकल जलेंदे ई और तम्मे जी पूछो पोतड़ बसीड़े आ ठीड़े ज्यादा पाई दे क्या लिखी वे काम चम सारा कितनी वे दस्ता सफा है अपना बिलकुल नवा किधर जाए महीना पहले किताब से तो देख गया उमे तो उमे बदे आप मैं देखो किताब का क्या रहा ना लिखा ही किसे का नहीं भी उस्ताद जी आप चले गए ये उन दरखास्त लेकर मैं दरखास्त लेकर ओ फीस माफी दी दे रही है करे ता इवे ना माफ तो लेख दे मैं गहद मास दे से क्या पता तेरा कोई अच्छा डाला कढे साउंड तू दो बल मेरा प्यारा छगे तो थियो बस बस बशीरिया जी ई मैं कर खरू पानी पीने दो सर्दी होवे चाह बनवाई है ਤਾਂ ਜੀ ਇੱਕ ਦਫਾ ਦੇ ਖੀਰ ਚਾਹ ਵਾਲਾ ਦੇ ਵਿੱਚ ਚਾਹ ਬਣਵਾ ਵਾਲ ਥੋੜੀ ਦੇਰ ਬਾਅਦ ਅਕੇ ਦੋ ਥੋੜੀ ਦੇਰ ਬਾਅਦ ਅਕੇ ਦੋ ਰੋਟੀ ਪਕਵਾ ਵਾਲਾ ਕੇ ਦੋ ਮੇਰੇ ਖਾਟ ਵਿੱਚ ਰਹਿ ਦੇ ਚਾਹ ਵਾ ਜੀ ਸਾਜ ਜੀ ਤੁਹਾਡੀ ਯਕਰਾ ਵਾਲ ਹੁਣ ਇੱਕ ਲਾਜ ਪੜੇ ਦੇ ਨਾ ਪਰ ਖੀਰ ਚਾਹ ਚਾਹ ਬਣਵਾ ਫੀਸ ਕਹਿੰਦੇ ਵੀ ਮਾਫ ਕਰਵਾਉਣੀ ਇਹ ਭਾਈ ਚੰਗਾ ਉਸਤਾਦ ਹੈ ਕਹਿ ਮਿਲਾ ਦੇ ਚਾਹ ਪਿਲਾਓ ਕਹਿ ਮਿਲਾ ਦੇ ਖੀਰ ਚਾਹੋ ਵਾਲਾ ਹੁਣ ਅਕੇ ਜੀ ਰੋਟੀ ਚਾਹੋ ਵੀ ਠੀਕ ਠੀਕ ਲੜਾ ਪੈ ਪੜੇ ਦਾ ਇੱਕ ਲਾਜ ਨਹੀਂ ਮੁੜੂ ਉਸਤਾਦ ਹੀ ਦੇਖੋ ਇਹ ਜਰਾ ਸਾ ਵੀ ਚਾਹ ਪੀਓ ਤਾਂ ਗਰਮੀ ਚ ਆਪਣਾ ਸਰ ਜੀ ਹਾਂ ਬਸ਼ੀਰਾ ਕੱਪ ਉਸਤਾਦ ਜੀ ਮੈਂ ਮੂੰਹ ਲਾਉ ਚ ਖਲਾਸ ਕੋ ਆ ਮਰਾ ਤੂੰ ਤੇ ਅੱਲਾ ਹੈ ਮੂੰਹ ਕਿਦ ਲਾਵਾ ਜੀ ਉਸ ਨਾ ਉਸਤਾਦ ਮਨੂ ਤਮਾ ਚੰਗੇ ਆ ਨਾ ਮੁਰਾਦ ਹੈ ਮਨ ਚੱਲ ਤੱਕ ਉਸਤਾਦ ਜੀ ਹੁਣ ਇੱਕ ਹਾਂ ਮਨ 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 ਕੱਪ ਚਾਵਾ ਬਸ਼ੀਰਾ ਜੀ ਫੀਸ ਤੇਰੀ ਮਾਫ ਕਹਿੰਦੀ ਤੇ ਹੈਡ ਮਾਸਟਰ ਕਹਿੰਦੀ ਵੀ ਕੀਤੀ ਤੇ ਵਾਇਂ ਦੇ ਫੀਸ ਗੈਨਾ ਰੂਟੀ ਪਹਿਲੇ ਇਹ ਉਸਤਾਦ ਜੀ ਮਰਦੇ ਆ ਜੀ ਫੀਸ ਗਿੰਦੇ ਵੇ ਖੀਰ ਤੱਕ ਬੇਨਾ ਗਣਾ ਵਾਲ ਚਾਹ ਪੀ ਲੈ ਹਾਂ ਹਾਂ ਵਨ 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 ਫੀਸ ਗੈਨਾ ਵਨ ਵਨ ਫੀਸ ਗੈਨਾ ਯਾਰ ਇਹ ਉਸਤਾਦ ਕਾਬੂ ਨਹੀਂ ਲੈਂਦਾ ਪਿਆ ਇਹਦਾ ਟੋਣਾ ਕਰੇ ਨਾ ਮੈਂ ਅੱਜ ਪੱਕਾ ਕੰਮ ਕਰੇ ਨਾ ਇਹਨਾਂ ਦੁਬਾਰਾ ਤਾਂ ਨਾ ਮੇਰੇ ਕੋ ਫੀਸ ਦਾ ਨਾ ਕਰਾ ਕੇ ਉਹ ਬਸ਼ੀਰਾ ਕਰਮਾ ਸੜਿਆ 4 ਘੰਟੇ ਲਾ ਆਏ ਤੂੰ ਕਿਨੇ ਕਿਆ ਆਵੇਂ ਉਸਤਾਦ ਜੀ ਮੈਂ ਕੋ ਕਿਉ ਮੇਰੇ ਫੀਸ ਦਿੱਤੀ ਹੈ 500 ਰੁਪਿਆ ਅੱਛਾ 100 ਰੁਪਿਆ ਮੈਂ ਜੜਾ ਨਾ ਯਾਰਾਂ ਨਾਲ ਫਿਲਮ ਦਿੱਤੀ ਆਈ ਅੱਛਾ 200 ਰੁਪਏ ਦੇ ਸਾ ਬੋਤਰਾਂ ਦੇ ਸਮੋਸੇ ਖਾ ਕੇ ਗਿਆ ਸੀ ਲਿਆ ਸੋ ਜੜਾ ਬੱਚਾ ਉਹ ਜਣਾ ਨਾ ਮੈਂ ਮੈਸੋ ਤੇ ਸ਼ਰਤ ਲਗੇ ਜਾਓ ਸ਼ਰਤ ਦੇ ਚਾਰ ਮਰਨਾ ਉਹ ਕੇ ਦੀ ਸ਼ਰਤ ਰਹੇ ਮੈਂ ਸਮਝਦਾ ਵੀ ਉਹ ਜੜਾ ਨਾ ਰਿਆਜ਼ੀ ਵਾਲੇ ਉਸਤਾਦ ਨਾਲ ਫਸੇ ਹੋਏ ਉਹ ਤਾਂ ਤੁਹਾਰੇ ਨਾਲ ਹੀ ਫਸੇ ਹੋਏ ਉਸਤਾਦ ਜੀ ਲੱਖ ਲੈਣ ਦੀ ਚੁੱਪ ਕਰ ਦੱਸੇ ਕਹਿੰਦੇ ਕਿ ਨਾ ਉਸਤਾਦ ਜੀ ਵਾਲ ਹੁਣ ਯਾਦ ਆ ਵਾਲ ਮੇਰੀ ਫੀਸ ਮਾਫ ਯਾ ਵਾਲ ਤੁਹਾਡਾ ਰਾਜ਼ ਪਾਸ਼ ਉਹ ਕਿਵੇਂ ਦਫਾ ਨਿਕਲ 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 ਪਰ ਨਿਕਲ ਦਫਾ ਨਹੀਂ